ਹੈਲੋ, ਹੋਰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ? ਵੈਲਕਮ ਬੈਕ ਇਨ ਨਿਊ ਵਲੌਗ, ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ। ਅੱਜ ਦੇ ਵਲੌਗ 'ਚ ਮੈਂ ਥੋੜ੍ਹੀ ਜਿਹੀ ਸਫਾਈ ਕਰ ਰਹੀ ਹਾਂ ਰੂਮ ਦੀ, ਥੋੜ੍ਹੀ ਸੈਟਿੰਗ ਚੇਂਜ ਕੀਤੀ ਸੀ, ਕਬਰਡ ਸਾਫ਼ ਕੀਤੀ ਹੈ ਤੇ ਕਬਰਡ ਥੋੜ੍ਹੀ ਸੈਟਿੰਗ ਕਰ ਰਹੀ ਹਾਂ, ਦੁਬਾਰਾ ਕੱਪੜੇ ਲਗਾਉਣੇ ਆ ਬੱਚਿਆਂ ਦੇ ਮੇਰੇ ਸਭ ਦੇ, ਤੇ ਡਾਇਪਰਸ ਵਗੈਰਾ ਸਾਰਾ ਕੁਝ ਪਏ ਹੋਏ ਆ, ਉਹਨੂੰ ਸਾਰਿਆਂ ਨੂੰ ਨਿਕਾਲ ਕੇ ਐਡਜਸਟ ਕਰਨਾ। ਤੇ ਅੱਜ ਅਸੀਂ ਕੁਕਿੰਗ 'ਚ ਬਣਾਉਣ ਜਾ ਰਹੇ ਹਾਂ ਜੀ ਮਸ਼ਰੂਮ ਮਨਚੂਰੀਅਨ, ਅਤੇ ਰੈਸਪੀ ਬਹੁਤ ਇੰਟਰਸਟਿੰਗ ਹੈ, ਜ਼ਰੂਰ ਦੇਖਿਓ ਅਤੇ ਟਰਾਈ ਜ਼ਰੂਰ ਕਰਿਓ। ਅਤੇ ਪਲੀਜ਼ 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 ਜੇ ਵੀ ਕੋਈ ਵੀਡੀਓ ਦੇਖਦਾ ਹੁੰਦਾ, ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਕਿਉਂਕਿ ਇਹਦੇ ਨਾਲ ਚੈਨਲ ਨੂੰ ਸਪੋਰਟ ਮਿਲੇਗਾ। ਅਤੇ ਜਿਹੜਾ ਵੀ ਕੋਈ ਵੀਡੀਓ ਵਾਚ ਕਰਦਾ ਹੈ ਉਹਦਾ ਦਿਲੋਂ ਥੈਂਕ ਯੂ। ਅਤੇ ਅੱਜ ਜੀ ਕਰੀਏ ਵਲੌਗ ਸਟਾਰਟ। ਅਤੇ ਸਭ ਤੋਂ ਪਹਿਲਾਂ ਆਪਾਂ ਬਣਾਉਂਦੇ ਹਾਂ ਮਸ਼ਰੂਮ ਮਨਚੂਰੀਅਨ। ਚਲੋ ਆਓ ਜੀ ਕਰੀਏ ਵਲੌਗ ਸਟਾਰਟ। ਮੈਨੇ ਬੋਲ ਲੈ ਲਾ ਮਨਹਾਲ ਮਨਹਾਲ ਸ਼ੋਨਾ ਮੋਚਾ ਹਾਏ ਹਾਏ ਬੋਲ ਜੀ ਕੇ ਆਉਣਾ ਉਹਨੂੰ ਤਾਂ ਮਨਹਾਲ ਮਨੇ ਲੈ ਲੋ ਬੋਲ ਲੈ ਲੋ ਬੋਲ ਲੈ ਲੋ ਬੋਲ ਲੈ ਲੋ ਲੈ ਲੋ ਬੋਲ ਮਨੇ ਦੀ ਬੋਲ ਹਾਂਜੀ ਮਨ ਹਾਲ ਦੀ ਬੋਲ ਹੈ ਲੈ ਪੀਲਾ ਮੈਂ ਹੱਥ ਚ ਫੜਨਾ ਆਦਾ ਨਹੀਂ ਫੜਦੀ ਆ ਨਹੀਂ ਬੜੀ ਕਚਲਾਕ ਹੈ ਮੰਨੋ ਤੂੰ ਬੜੀ ਖਰਾਬ ਹੈ ਤੂੰ ਕਾਫੀ ਵੀ ਨਹੀਂ ਹੈ ਮੰਨੇ ਨੇ ਚਲੋ ਬਸ ਖਤਮ ਹੋ ਗਈ ਪਤਾ ਖਤਮ ਹੋ ਗਈ ਚਲੋ ਜੀ ਚਲੋ ਮਨਚੂਰੀਅਨ ਬਣਾਉਣ ਲਈ ਆਪਾਂ ਲਵਾਂਗੇ ਮਸ਼ਰੂਮ ਪਿਆਜ਼ ਅਤੇ ਕੈਪਸੀਕਮ ਅਤੇ ਉਸ ਤੋਂ ਬਾਅਦ ਤੇਲ ਥੋੜ੍ਹਾ ਗਰਮ ਹੋਣਾ ਰੱਖ ਦਾਂਗੇ ਤੇਲ ਚਾਹੀਦਾ ਆਪਾਂ ਨੂੰ ਫਰਾਈ ਕਰਨ ਲਈ ਮਸ਼ਰੂਮ ਨੂੰ ਅਤੇ ਸਭ ਤੋਂ ਪਹਿਲਾਂ ਉਹਦੀ ਕੋਟਿੰਗ ਤਿਆਰ ਕਰਾਂਗੇ ਆਪਾਂ ਇਹਦੇ 'ਚ ਪਾਉਣਾ ਆਪਾਂ ਨੇ ਮੈਦਾ ਅਤੇ ਕੋਰਨਫਲਾਵਰ ਜਿਵੇਂ ਇੱਕ ਸਪੂਨ ਮੈਦਾ ਪਾਇਆ ਅਤੇ ਇੱਕ ਸਪੂਨ ਹੀ ਕੋਰਨਫਲਾਵਰ ਪਾਉਣਾ ਸੇਮ ਕੁਆਂਟਿਟੀ ਪਾਣੀ ਹੈ ਦੋਨਾਂ ਦੀ ਅਤੇ ਇਸ ਨੂੰ ਫਿਰ ਨਮਕ ਪਾ ਕੇ ਆਪਾਂ ਨੇ ਪਾਣੀ ਪਾ ਕੇ ਘੋਲ ਲੈਣਾ ਆਪਾਂ ਹੋਰ ਮਸਾਲੇ ਐਡ ਕਰਾਂਗੇ ਮਿਰਚਾਂ ਲਾਲ ਮਿਰਚ ਅਦਰਕ ਲਸਣ ਦਾ ਪੇਸਟ ਦੋਨਾਂ ਨੂੰ ਮਿਕਸ ਕਰਨਾ ਕਿਉਂਕਿ ਇਹਦੇ ਨਾਲ ਜਿਹੜੇ ਆਪਣੇ ਮਸ਼ਰੂਮ ਹੈ ਥੋੜ੍ਹੇ ਮੈਰੀਨੇਟ ਹੋ ਜਾਣਗੇ ਟੇਸਟ ਬਹੁਤ ਵਧੀਆ ਆਏਗਾ ਨੈਕਸਟ ਸਟੈਪ ਵਿੱਚ ਅਸੀਂ ਇਹਦੇ ਵਿੱਚ ਮਸ਼ਰੂਮ ਐਡ ਕਰਾਂਗੇ ਮਸ਼ਰੂਮ ਮੈਂ ਦੋ ਦੋ ਪੀਸ ਕਰਕੇ ਉਹਨਾਂ ਨੂੰ ਕੱਟ ਲਿਆ ਸੀ ਅਤੇ ਉਹਨਾਂ ਨੂੰ ਇਹਦੇ ਵਿੱਚ ਆਪਾਂ ਨੇ ਡਿਪ ਕਰਕੇ ਰੱਖਣਾ ਅਤੇ ਫਿਰ ਫਰਾਈ ਕਰਨਾ ਇੱਕ ਇੱਕ ਕਰਕੇ
देखो मशरूम अपने हो चुके हैं फ्राई, एक कुछ इस तरह के लगनगे। मशरूम तो वैसे ऐदा ही बहुत ज़्यादा टेस्टी लग रहे हैं। इन्हें मसाला बनाने लिए जिदा आप नॉर्मल मंचूरियन का मसाला बनाते हैं उदा ही बनना। अदरक लसन पाना वो अपने बरीक कटिया हुआ, तो प्याज पाने अपने वे वे साइज के कटे हुए सेम इदा के। प्याजा एक दो मिनट भुनन उस तो बाद फिर आप ऐड करेंगे शिमला मिर्चा। तो जो थोड़े को नहीं है तीनों कलर वाली तो ग्रीन वाली भी पा सकते हो। मिर्चा और प्याज में भुन के फिर आप ऐड करेंगे टमैटो कैचअप। तो नैक्सट असं ऐड करेंगे सोया सॉस और एक चम्मच ऐड करना अदरक लहसुन का पेस्ट। सारिया नू एक मिनट लई अपने हाई फ्लेम करके गैस की भुनना। पावे लाल मिर्च और नमक किसी टेस्ट के अकॉर्डिंग पा सकते हो। उस तो बाद आप ऐड कर देंगे अपने मशरूम जो फ्राई किए हुए सी। हुण अपने जिहड़े मशरूम मंचूरियन ओह रेडी हो चुका है। देखो जी किन्ना ज़्यादा डिलीशियस लग रहा है, देखो नहीं ट्राई जरूर करियो। साइकल नूं देखो, साइकल फिर ट्राई कर रही, मैं दोबारा छोटी हो जा है ना। मनहल दी सीट च लेट रही है साइकल। हैं साइकल साइकल हाय हाय कर दे। हेलो हाय मनल देख रही मेरी सीट ते आप लेट गई चढ़ के। मने दीदी की करदा, सगल की कर रही है, देखी तोड़ देनी सगल ने तेरी सीट। देखी मनल नु तकलीफ हो रही है, क्यों बैठ रही मेरी सीट च। हुण तैनु शर्म क्यों आ रही है इन्नी सगल, किवें फील हो रहा तैनु दोबारा छोटी सीट च बैठ के सगल, दस मनु की कर रहा। ओ उन्हूं मिल गया टैडी। ओह 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 ओह